ਸੋ ਅਮਰ ਸ਼ਹੀਦ ਸੰਤ ਚਰਨ ਸਿੰਘ ਲੌਂਗੋਵਾਲ ਦੀ ਬਰਸੀ ਜਿਹੜੀ ਹੈ ਅਸੀਂ ਹਰ ਸਾਲ ਮਨਾਉਂਦੇ ਹਾਂ। ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਸਾਰੀਆਂ ਤਿਆਰੀਆਂ ਸਾਡੀਆਂ ਮੁਕੰਮਲ ਨੇ। ਉੱਪਰ ਸ੍ਰੀ ਦਰਬਾਰ ਸਾਹਿਬ ਹੈ, ਉੱਥੇ ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਕੱਲ੍ਹ ਨੂੰ ਉੱਥੇ 10 ਵਜੇ ਭੋਗ ਪਾਏ ਜਾਣਗੇ। ਹੇਠਾਂ ਸਾਰੇ ਅਸੀਂ ਪੰਡਾਲ ਲਾਇਆ ਜਿੱਥੇ ਤਕਰੀਬਨ 5000 ਜਿਹੜਾ ਇੱਥੇ ਬੈਠ ਸਕਦੀ ਹੈ ਸੰਗਤ 5000। ਇਹਦੇ ਨਾਲ ਹੀ ਅਸੀਂ ਲੰਗਰ ਵੀ ਲਾਏ ਗਏ ਨੇ ਜਿੱਥੇ ਸੰਗਤ ਨੂੰ ਲੰਗਰ ਛਕਾਇਆ ਜਾਏਗਾ। ਇਸ ਤਰ੍ਹਾਂ ਛਬੀਲਾਂ ਵਗੈਰਾ ਬਾਹਰ ਪਾਣੀ ਦੀਆਂ ਲਾਈਆਂ ਜਾਣਗੀਆਂ, ਅੱਜ ਕੱਲ੍ਹ ਗਰਮੀ ਬਹੁਤ ਪੈ ਰਹੀ ਹੈ, ਇਹਨਾਂ ਛਬੀਲਾਂ ਦੀ ਲੋੜ ਹੈ। ਔਰ ਇਸ ਕਰਕੇ ਅਸੀਂ ਬਹੁਤ ਵੱਡੇ ਪੱਧਰ 'ਤੇ ਨਹੀਂ ਬਣਾ ਰਹੇ। ਅੱਗੇ ਤਾਂ ਦੇਖੋ ਸਾਨੂੰ ਵੀ ਪਤਾ ਕਿ ਲੱਖਾਂ ਗਿਣਤੀ ਲੋਕ ਪੰਜਾਬ ਤੋਂ ਬਾਹਰੋਂ ਵੀ ਆਉਂਦੇ ਸੀ, ਲੇਕਿਨ ਅੱਜ ਅਸੀਂ ਗੁਰਦੁਆਰਾ ਸਾਹਿਬ 'ਚ ਇੱਕ ਧਾਰਮਿਕ ਪ੍ਰੋਗਰਾਮ ਜਿਹੜਾ ਇੱਥੇ ਰੱਖਿਆ ਗਿਆ, ਔਰ ਸੰਗਤ ਵੀ ਜਿਹੜੀ ਸੰਤਾਂ ਨਾਲ ਸ਼ਰਧਾ ਰੱਖਦੀ ਹੈ ਇੱਥੇ ਪਹੁੰਚੇਗੀ। ਸੋ ਕਿਉਂਕਿ ਪਹਿਲਾਂ ਸਾਡਾ ਪ੍ਰੋਗਰਾਮ ਸੀ ਕਿ ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਦੇ ਵਿੱਚ ਬਹੁਤ ਵੱਡਾ ਪੰਡਾਲ ਲਾਉਣ ਦੀ ਸੀ, ਲੇਕਿਨ ਕਰੋਨਾ ਵਾਇਰਸ ਕਰਕੇ ਉਸ ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਜਿਹੜਾ ਅੱਜ ਇਹ ਗੁਰਦੁਆਰਾ ਸਾਹਿਬ 'ਚ ਹੀ ਸਾਰਾ ਸ਼ਹੀਦੀ ਸਮਾਗਮ ਕਰ ਰਹੇ ਹਾਂਗੇ। ਸਰ ਕਿਹੜੀ ਕਿਹੜੀ ਸ਼ਖਸੀਅਤਾਂ ਆ ਰਹੀਆਂ ਨੇ ਸਰ? ਸੋ ਇਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪਹੁੰਚ ਰਹੇ ਨੇ, ਇਸ ਤਰ੍ਹਾਂ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਦੀ ਗੌਰੇ ਮਸ਼ਕੀਨ ਉਹ ਵੀ ਪਹੁੰਚ ਰਹੇ ਨੇ, ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹ ਆਪਣੀ ਸਾਰੀ ਟੀਮ ਦੇ ਨਾਲ ਇੱਥੇ ਪਹੁੰਚ ਰਹੇ ਨੇ, ਉਹ ਵੀ ਸੰਤ ਚਰਨ ਸਿੰਘ ਲੌਂਗੋਵਾਲ ਜੀ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਨਗੇ। ਇਸ ਤਰ੍ਹਾਂ ਦੀ ਦੇਣ ਦੇ ਸਮਝਦੇ ਹੋ ਸਾਰੇ ਪੰਜਾਬੀਆਂ ਨੂੰ, ਜਿਸ ਤਰ੍ਹਾਂ ਮਾਣ ਮਹਿਸੂਸ ਹੁੰਦਾ ਜੀ? ਦੇਖੋ, ਸੰਤ ਲੌਂਗੋਵਾਲ ਜੀ ਦੀ ਬਹੁਤ ਵੱਡੀ ਦੇਣ ਹੈ, ਉਹਨਾਂ ਨੇ ਸਾਰਾ ਜੀਵਨੀ ਆਪਣਾ ਸਿੱਖ ਕੌਮ ਦੇ ਸਮੁੱਚੇ ਪੰਜਾਬ ਦੇ ਲਿਖੇ ਲਾਇਆ ਹੈਗਾ। ਜਿੱਥੇ ਉਹ ਬਹੁਤ ਵੱਡੇ ਧਾਰਮਿਕ ਹਸਤੀ ਸਨ, ਉੱਥੇ ਰਾਜਨੀਤਿਕ ਤੌਰ 'ਤੇ ਵੀ ਉਹਨਾਂ ਨੇ ਬਹੁਤ ਵੱਡੀਆਂ ਪਲੰਘਾਂ ਪੱਟੀਆਂ, ਭਾਵੇਂ ਐਮਰਜੈਂਸੀ ਦਾ ਮੋਰਚਾ ਸੀ ਉਹ ਵੀ ਉਹਨਾਂ ਦੀ ਅਗਵਾਈ ਦੇ ਵਿੱਚ ਜਿੱਤਿਆ ਗਿਆ, ਇਸ ਧਰਮ 'ਚ ਉਹਦਾ ਮੋਰਚਾ ਲਾਇਆ। ਅਤੇ ਮੈਂ ਸਮਝਦਾ ਕਿ ਸੰਤ ਲੌਂਗੋਵਾਲ ਦੀ ਬਹੁਤ ਵੱਡੀ ਕੁਰਬਾਨੀ ਹੋਈ ਹੈ, ਜੋ ਪੰਜਾਬ ਸਮਝੌਤਾ ਕਿਹਾ ਜਾਂਦਾ ਉਹਦੇ ਵਿੱਚ ਵੀ ਸਾਰੇ ਪੰਜਾਬ ਦੀਆਂ ਮੰਗਾਂ ਸੀ ਜਿਹੜੀ ਅੱਜ ਵੀ ਅਸੀਂ ਕਹਿ ਰਹੇ ਹਾਂ ਕਿ ਸਾਡੀ ਰਾਜਧਾਨੀ ਚੰਡੀਗੜ੍ਹ ਉਹ ਬਾਹਰ ਰੱਖੀ ਗਈ ਹੈ, ਉਹਦੇ ਵਿੱਚ ਇਹ ਲਿਖਤੀ ਸਮਝੌਤਾ ਸੀ ਕਿ ਰਾਜਧਾਨੀ ਜਿਹੜੀ ਚੰਡੀਗੜ੍ਹ ਉਹ ਪੰਜਾਬ ਨੂੰ ਦਿੱਤੀ ਜਾਏਗੀ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣਗੇ, ਪਾਣੀਆਂ ਦਾ ਮਸਲਾ ਸੀ, ਹੋਰ ਬਹੁਤ ਸਾਰੇ ਮਸਲੇ ਨੇ ਜਿਹੜੇ ਉਸ ਪੰਜਾਬ ਸਮਝੌਤੇ ਵਿੱਚ ਸੀ, ਔਰ ਉਹ ਇੱਕ ਲਿਖਤੀ ਸਮਝੌਤਾ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਸੰਤ ਲੌਂਗੋਵਾਲ ਦੇ ਵਿਚਕਾਰ ਹੋਇਆ ਸੀ। ਮੈਂ ਸਮਝਦਾ ਕਿ ਜੇ ਸਮਝੌਤਾ ਲਾਗੂ ਹੋ ਜਾਂਦਾ ਤਾਂ ਅੱਜ ਜੋ ਅਸੀਂ ਵੱਧ ਅਧਿਕਾਰਾਂ ਦੀ ਗੱਲ ਕਰ ਰਹੇ ਹਾਂ ਉਹ ਵੀ ਉਹਦੇ ਵਿੱਚ ਰੱਖੀ ਗਈ ਸੀ, ਜਿਸ ਤਰ੍ਹਾਂ ਅੱਜ ਕਿਸਾਨ ਲੜਾਈਆਂ ਲੜ ਰਹੇ ਨੇ ਕਿ ਵੱਧ ਅਧਿਕਾਰ ਹੋਣ ਕਿ ਪੰਜਾਬ ਆਪਣੀ ਕਿਸਮ ਦਾ ਆਹ ਫੈਸਲਾ ਕਰੇ, ਇਸ ਕਰਕੇ ਸਾਰੇ ਵੱਧ ਅਧਿਕਾਰਾਂ ਦੀ ਵੀ ਉਹਦੇ ਵਿੱਚ ਗੱਲ ਕੀਤੀ ਗਈ ਸੀ। ਸੋ ਮੈਂ ਸਮਝਦਾ ਉਸ ਸਮੇਂ ਦੇ ਲੋਕਾਂ ਨੇ ਇਹ ਗੱਲ ਬਰਦਾਸ਼ਤ ਨਹੀਂ ਹੋਈ, ਸੰਤ ਲੌਂਗੋਵਾਲ ਨੂੰ ਸ਼ਹੀਦ ਕੀਤਾ ਗਿਆ। ਹਰ ਸਾਲ ਉਹਨਾਂ ਦੀ ਬਰਸੀ ਦੇ ਉੱਤੇ ਸੰਤ ਲੌਂਗੋਵਾਲ ਜੀ ਵੀ ਨੂੰ ਪਿਆਰ ਰੱਖਣ ਵਾਲੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਲੌਂਗੋਵਾਲ ਦੀ ਧਰਤੀ 'ਤੇ ਪਹੁੰਚਦੇ ਨੇ, ਸੰਤ ਲੌਂਗੋਵਾਲ ਨੂੰ ਆਪਣਾ ਸ਼ਰਧਾ ਸਤਿਕਾਰ ਭੇਟ ਕਰਦੇ ਨੇ। ਬਿਲਕੁਲ ਜੀ, ਦੇਖੋ ਉੱਥੋਂ ਦੇ ਜਿਹੜੇ ਸਿੱਖ ਉੱਥੇ ਬਹੁਤ ਸਾਰੇ ਪਰਿਵਾਰ ਰਹਿ ਰਹੇ ਨੇ, ਪਹਿਲਾਂ ਵੀ ਸਾਡੇ ਸਿੱਖ ਪਰਿਵਾਰਾਂ ਦੇ ਉੱਤੇ ਕਾਫੀ ਉੱਥੇ ਅੱਤਿਆਚਾਰ ਹੋਇਆ, ਬਹੁਤ ਸਾਰੇ ਸਿੱਖ ਪਰਿਵਾਰ ਜਿਹੜੇ ਸੀ ਉਹ ਮਾਰੇ ਗਏ, ਉਹਨਾਂ ਦੇ ਉੱਤੇ ਹਮਲੇ ਵੀ ਹੋਏ, ਸਿੱਖ ਲੀਡਰ ਵੀ ਮਾਰੇ ਗਏ, ਬਹੁਤ ਸਾਰੇ ਸਿੱਖ ਪਰਿਵਾਰ ਉੱਥੋਂ ਭਾਰਤ ਵਿੱਚ ਵੀ ਆ ਵਸੇ ਨੇ, ਬਾਹਰਲੇ ਦੇਸ਼ਾਂ ਵੀ ਚਲੇ ਗਏ, ਥੋੜ੍ਹੇ ਜਿਹੇ ਪਰਿਵਾਰ ਉੱਥੇ ਰਹਿ ਰਹੇ ਨੇ। ਅੱਜ ਸਾਰੇ ਅਸੀਂ ਉਹਨਾਂ ਗੱਲ ਵਿੱਚ ਚਿੰਤਾ ਕਰਦੇ ਹਾਂ ਕਿ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏ, ਭਾਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰ ਸਾਰਿਆਂ ਵੱਲੋਂ ਹੀ ਜਿਹੜਾ ਵਿਦੇਸ਼ ਮੰਤਰਾਲੇ ਨਾਲ ਰਾਬਤਾ ਰੱਖਿਆ ਜਾ ਰਿਹਾ, ਭਾਰਤ ਦੀ ਸਰਕਾਰ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਉੱਥੋਂ ਦੀ ਸਰਕਾਰਾਂ ਨਾਲ ਗੱਲ ਕਰਕੇ ਉਹਨਾਂ ਦੀ ਜਿਹੜੀ ਸੁਰੱਖਿਆ ਜਾਨ ਮਾਲ ਦੀ ਰਾਖੀ ਜਿਹੜੀ ਹੈ ਉਹਨਾਂ ਦੀ ਕੀਤੀ ਜਾਵੇ। ਸਰ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਈ ਥਾਂ ਹਥਿਆਰ ਮਿਲਦੇ ਨੇ, ਬੰਬ ਮਿਲਦੇ ਨੇ, ਕਿਸ ਤਰ੍ਹਾਂ ਦੇਖਦੇ ਹੋ ਮਾਹੌਲ ਖਰਾਬ ਕਰਨ ਦੀ? ਅੱਜ ਪੰਜਾਬ ਦੇ ਵਿੱਚ ਅਸੀਂ ਦੇਖ ਰਹੇ ਹਾਂ ਜਿਸ ਤਰ੍ਹਾਂ ਦਾ ਰਾਜ ਚੱਲ ਰਿਹਾ ਹੈ, ਦੇਖੋ ਹਰ ਇੱਕ ਬੰਦਾ ਇਸ ਗੱਲ ਤੋਂ ਬਹੁਤ ਚਿੰਤਤ ਹੈ, ਲਾ ਐਂਡ ਆਰਡਰ ਦੀ ਕੋਈ ਇੱਥੇ ਗੱਲ ਹੀ ਨਹੀਂ ਰਹੀ, ਲੋਕ ਮਰ ਰਹੇ ਨੇ ਰੋਜ਼ ਸ਼ਰੇਆਮ ਬਾਜ਼ਾਰਾਂ ਦੇ ਵਿੱਚ, ਗਲੀਆਂ ਦੇ ਵਿੱਚ ਗੋਲੀਆਂ ਮਾਰੀਆਂ ਜਾ ਰਹੀਆਂ ਨੇ, ਘਰ ਆ ਕੇ ਲੋਕ ਮਾਰ ਕੇ ਚਲੇ ਜਾਂਦੇ ਨੇ, ਲੇਕਿਨ ਅੱਜ ਪੰਜਾਬ ਜਿਹੜੀ ਕਾਂਗਰਸ ਆਪਣੇ ਕਾਟੋਕਲੇਸ਼ 'ਚ ਉਲਝੀ ਹੋਈ ਹੈ, ਆਪਣੇ ਧੜੇਬੰਦੀ ਦੀ ਉਲਝੀ ਹੋਈ, ਇੱਕ ਭਾਈ ਸਿੱਧੂ ਆਪਣੀ ਵੱਖਰੀ ਗੱਲ ਕਰ ਰਿਹਾ, ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਉਹ ਆਪਣੀ ਵੱਖਰੀ ਰਫਲੀ ਵਜਾ ਰਹੇ ਨੇ ਦੋਨੇ ਜਾਣੇ, ਲੇਕਿਨ ਪੰਜਾਬ ਦਾ ਕੋਈ ਉਹਨਾਂ ਨੂੰ ਚਿੰਤਾ ਨਹੀਂ ਹੈ, ਸਿਰਫ ਆਪਣੀ ਕੁਰਸੀਆਂ ਦੀ ਚਿੰਤਾ ਹੈ। ਇਸ ਕਰਕੇ ਪੰਜਾਬ ਅੱਜ ਜਿਹੜਾ ਹੈ ਦਾ ਮਾਹੌਲ ਜਿਹੜਾ ਅਫਰਾ ਤਫਰੀ ਦਾ ਪੰਜਾਬ ਵਿੱਚ ਜਿਹੜਾ ਬਣਿਆ ਹੋਇਆ, ਸੋ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਇਹਦਾ ਖਮਿਆਜ਼ਾ ਭੁਗਤਣਾ ਪਵੇਗਾ। ਜਿਹੜੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਬੁੱਤ ਦੀ ਬੇਅਦਬੀ ਕੀਤੀ ਗਈ ਹੈ, ਕੀ ਕਹਿਣਾ ਚਾਹੁੰਗੇ ਪਾਕਿਸਤਾਨ ਸਰਕਾਰ? ਬਹੁਤ ਦੁੱਖ ਦੀ ਗੱਲ ਹੈ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਅੱਜ ਇੱਕ ਮਿਸਾਲੀ ਰਾਜ ਸੀ, ਜਦੋਂ ਇਤਿਹਾਸ ਵਿੱਚ ਨਜ਼ਰ ਮਾਰਦੇ ਹਾਂ
तो यह जहाँ राज संसार नहीं होना। जिस तरह की उन्होंने धर्म के पक्षता का हर धर्म का उन्होंने सत्कार किया, भावें गुरु घर ने भावें मंदिर ने भावें मस्जिद है, हर एक का सत्कार किया। उसके वजीर भी सारे धर्मों के लोग ले गए, सारी दुनिया भी एक उन्होंने अपना आदर्श मानती है महाराजा रणजीत सिंह के राज को। सो एडा वधिया योधा, एडा बड़ा राजा और जिहदा बुत लाया गया सी, और पहला भी एक दो बारी उसके उत्ते हमले हुए ने, लेकिन दुख की गल है कि हुण हमला करके वह बुत तोड़िया गया। उसका सारे पंजाबियों नूं भी बहुत बड़ा दुख होया, सिख कौम नूं भी बहुत बड़ा दुख होया। सो उत्थों ही सरकार नूं चाहिंदा जिहड़े भी इस तरह के बुतों नूं तोड़दे ने जां उहदी बेअदबी करदे ने, उहनां नूं सख्त तों सख्त सजावां मिलनियां चाहीदियां ने। हक ते सच दी खबर लई लाइक ते सब्सक्राइब करो पंजाब दा नंबर 1 डिजिटल न्यूज़ चैनल द फैक्ट न्यूज़।